हाँ जी, सब तो पहला तो अपना चैनल सब्सक्राइब कर लो, तो नाल ही जिते बैल आइकन ऑल पे करके प्रेस कर लो, साड़ी लेटेस्ट वीडियो की नोटिफिकेशन मिलेगी। सत श्रीकाल जी सारे, स्वागत है तुहाडा अपनी नवी वीडियो दे विच। ते अज तुहानू इस वीडियो दे विच आपां अपने ट्रैक्टर से जो म्यूजिक सिस्टम हुंदा जो उहदे विच आपां लाइट फिट करांगे जिहड़ी कि बेस बजे ते चलिया करूगी, ते एक ट्विटर दे नाल काम करिया करूगी। ते ਅਸੀਂ ਦੇਖ ਸਕਦੇ ਹੋ ਨਵਾਂ ਇਸ ਲਈ ਆਹ ਬਲੂ ਕਲਰ ਦੀ ਆ ਐਲ ਈ ਡੀ ਸਟ੍ਰਿਪ ਦਾ ਯੂਜ਼ ਕਰਾਂਗੇ, ਅਤੇ ਇਹਦੇ ਵਿੱਚ 6 ਕੁੱਲ 12 ਲਾਈਟਸ ਨੇ, ਐਂ ਲੱਗੂਗੀ ਜਾਲੀ ਦੇ ਵਿੱਚ ਅੰਦਰਲੇ ਪਾਸੇ। ਜਾਲੀ ਦਾ ਸੈਂਟਰ ਦੇਖ ਕੇ ਹੀ ਇੱਥੇ ਸੈਂਟਰ ਰੱਖ ਲੈਣਾ, ਅਤੇ ਇਹਦੇ ਉੱਤੇ ਆਪਾਂ ਫੈਵੀਕਵਿਕ ਲਾ ਦੇਣੀ ਹੈ, ਕਰੋਸ ਬਣਾ ਦੇਣੀ ਜਿੰਨੀ ਕੁ ਆਪਣੀ ਐਲ ਈ ਡੀ ਸਟ੍ਰਿਪ ਹੈ। ਜਾਲੀ ਦੇ ਅੰਦਰ ਲਾ ਲਈ ਲਾਈਟ, ਅਤੇ ਆਹ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਦੇਖਣ 'ਤੇ ਦਿਸ ਨਹੀਂ ਰਹੀ ਹੈ, ਥੋੜ੍ਹੀ ਦਿਸ ਰਹੀ ਹੈ। ਅਤੇ ਵੈਸੇ ਤਾਂ ਇਹਨਾਂ ਵਿੱਚ ਪਤਾਸਾ ਲਾਈਟ ਲੱਗਦੀ ਸੀ ਜਿਹੜੀ ਚੌਰਸ ਹੁੰਦੀ ਹੈ, ਅਤੇ ਉਹ ਪਰ ਇੱਥੋਂ ਦੀ ਨਹੀਂ ਹੁੰਦੀ ਹੈ ਲੱਗੀ, ਇਹ ਜਮ੍ਹਾਂ ਨਹੀਂ ਦਿਸਦੀ ਹੈਗੀ ਲੱਗੇ ਤੋਂ। ਅਤੇ ਇਹ ਆਪਾਂ ਦੋ ਰੰਗ ਦੀ ਵੀ ਲਾ ਸਕਦੇ ਹਾਂ, ਜਿਵੇਂ ਇੱਕ ਬਲਿਊ ਇੱਕ ਰੈੱਡ। ਸਿਸਟਮ ਦੇ ਵਿੱਚ ਹੀ ਲਾਈਟਸ ਜਗਣਗੀਆਂ, ਅਤੇ ਉਹ ਆਹ ਰਿਲੇਅ ਨਾਲ ਚੱਲਣਗੀਆਂ, ਅਤੇ ਆਹ ਤੁਸੀਂ ਦੇਖ ਸਕਦੇ ਹੋ ਇਹ ਰਿਲੇਅ ਆਈ 12 ਵੋਲਟ ਦੇ ਚੱਲਣ ਆਏ। ਆਹ ਦੋ ਤਾਰਾਂ ਤਾਂ ਜਿਹੜੇ ਆਹ ਦੋ ਨੇ ਇਹ ਤਾਂ ਲਾਈਟ 'ਤੇ ਲੱਗਣਗੀਆਂ, ਇੱਕ ਬੂਫਰ 'ਤੇ ਜਿਹੜੀ ਲਾਈਟ ਲੱਗੂ ਉਹ, ਅਤੇ ਇੱਕ ਜਿਹੜੇ ਸਾਈਡ 'ਤੇ ਤੁਸੀਂ ਲਾਉਣੇ ਨੇ ਸਪੀਕਰ 6 ਇੰਚੀ ਉਹਦੇ 'ਤੇ ਜਿਹੜੀਆਂ ਲਾਈਟਾਂ ਲੱਗਣਗੀਆਂ ਉਹਦੀ ਵਾਇਰ। ਅਤੇ ਜਿਹੜੀਆਂ ਆਹ ਦੋ ਵਾਇਰ ਨੇ ਆ ਸਾਈਡ ਵਾਲੀਆਂ, ਇਹ ਤੁਹਾਡਾ ਪਲੱਸ ਮਾਈਨਸ ਹੋਊਗਾ ਜਿਹੜਾ ਬੂਫਰ 'ਤੇ ਲੱਗੂਗਾ, ਬੇਸ ਵਾਲੇ ਬੂਫਰ 'ਤੇ ਹੋਊਗਾ। ਅਤੇ ਆਹ ਪਲੱਸ ਹੋ ਗਿਆ ਜਿਹੜਾ ਆਹ ਡਾਇਰੈਕਟ ਟਰੈਕਟਰ ਦੀ ਬੈਟਰੀ ਤੋਂ ਆਊਗਾ ਲਾਈਟਾਂ ਲਈ, ਉਹ ਹੋ ਗਿਆ। ਜਿਹੜਾ ਐੱਲ ਈ ਡੀ ਦਾ ਮਾਈਨਸ ਹੋਊਗਾ ਉਹ ਆਪਾਂ ਡਾਇਰੈਕਟ ਕਰ ਦੇਣਾ, ਜਿਵੇਂ ਆਪਾਂ ਇਹਨਾਂ ਦੀ ਵਾਇਰਿੰਗ ਕਰ ਲਈ ਐੱਲ ਈ ਡੀ, ਅਤੇ ਦੋਨੇ ਸਟ੍ਰਿਪ ਆਪਾਂ ਆਸ ਵਿੱਚ ਜੋੜਤੀਆਂ ਨੇ, ਆਹ ਤੁਸੀਂ ਦੇਖ ਸਕਦੇ ਹੋ ਆਪਾਂ ਪੈਰਲਰ 'ਤੇ ਕਨੈਕਸ਼ਨ ਕੀਤਾ, ਪਲੱਸ ਨਾਲ ਪਲੱਸ ਮਾਈਨਸ ਨਾਲ ਮਾਈਨਸ। ਅਤੇ ਆਪਾਂ ਇੱਥੋਂ ਵੀ ਕਤਾਰ ਲਾ ਸਕਦੇ ਹਾਂ, ਇੱਥੋਂ ਵੀ ਕਿਤੋਂ ਵੀ ਆਪਾਂ ਚਾਰੇ ਪਾਸੇ ਕਿਤੋਂ ਵੀ ਲਾ ਸਕਦੇ ਹਾਂ, ਇਹ ਦੋਨੇ ਚੱਲਣਗੀਆਂ ਸਟ੍ਰਿਪਾਂ, ਤੁਸੀਂ ਦੇਖ ਸਕਦੇ ਹੋ। ਜਿਹੜੀ ਆਪਣੀ ਰਿਲੇ ਆ ਉਹ ਆਪਾਂ ਐੱਸ ਆਰ ਆਈ ਪੇਟੀ 'ਚ ਲਾਵਾਂਗੇ, ਅਤੇ ਜਿੱਥੇ ਆਪਾਂ ਨੂੰ ਕਨੈਕਸ਼ਨ ਕਰਨਾ ਵੀ ਸੌਖਾ ਹੋ ਜੂਗਾ ਜੀ, ਪਲੱਸ ਦਾ ਅਤੇ ਆ ਸਪੀਕਰ ਦੀਆਂ ਤਾਰਾਂ ਦੇ ਨਾਲ ਹੀ। ਅਤੇ ਦੂਜੇ ਸਪੀਕਰ ਤੋਂ ਆਪਾਂ ਇੱਥੋਂ ਦੀ ਤਾਰ ਪਾਵਾਂਗੇ, ਇੱਕ ਗਰਾਊਂਡ ਦੀ ਪਊਗੀ ਅਤੇ ਦੋ ਦੀ ਲਾਈਟਾਂ ਦੀ ਪਊਗੀ, ਉਸ ਅਨੁਸਾਰੀ ਵਾਇਰਿੰਗ ਕਰਕੇ ਦਿਖਾਵਾਂਗੇ। ਰਿਲੇਅ ਇਹਦੇ ਵਿੱਚ ਮੇਨ ਆ ਜੀ, ਇਹ ਕਿਸੇ ਵੀ ਇਲੈਕਟ੍ਰੋਨਿਕ ਆਈ ਦੁਕਾਨ ਤੋਂ ਮਿਲ ਜੂ, ਜਾਂ ਜਿਹੜੇ ਪੇਟੀਆਂ ਬਣਾਉਂਦੇ ਸਪੀਕਰਾਂ ਦਾ ਕੰਮ ਕਰਦੇ ਉਹਨਾਂ ਤੋਂ ਮਿਲ ਜੂ, ਅਤੇ ਹੋਰ ਜਿਹੜੇ ਬਿਜਲੀਆਂ ਹੁੰਦੇ ਜਾਂ ਟੀਵੀ ਰਿਪੇਅਰ ਕਰਦੇ ਨੇ ਉਹਨਾਂ ਤੋਂ ਮਿਲ ਆਪਣਾ ਸਪੀਕਰ ਦੇਖ ਸਕਦੇ ਹੋ। ਅਤੇ ਆਹ ਦੋ ਤਾਰਾਂ ਤਾਂ ਉੱਤੇ ਟਵੀਟਰ ਲਈ ਜਾ ਰਹੀਆਂ ਨੇ, ਅਤੇ ਆਹ ਸਪੀਕਰ ਦੀ ਮੇਨ ਸਪਲਾਈ ਆ, ਤੁਸੀਂ ਵਾਇਰ ਦੇਖ ਸਕਦੇ ਹੋ। ਅਤੇ ਆਪਾਂ ਇਹ ਵਾਧੂ ਆਪਾਂ ਉੱਧਰ ਨੂੰ ਲਿਜਾ ਸਕਦੇ ਹਾਂ, ਤਾਂ ਜਾਂ ਪਰ ਲਈ ਇਹਦੇ ਨਾਲ ਇੱਥੇ ਆਏ ਕਨੈਕਟ ਕਰ ਦੇਣੀ ਹੈ। ਇਹ ਮੈਗਨੇਟ ਤੋਂ ਦੂਰ ਰੱਖ ਕੇ ਕਰਿਓ, ਕਿਉਂਕਿ ਇਹਨਾਂ ਵਿੱਚ ਲੋਹਾ ਹੁੰਦਾ, ਤੁਸੀਂ ਦੇਖ ਸਕਦੇ ਹੋ। ਅਤੇ ਰਿਲੇਸ ਮਾਰ ਕੇ ਚੱਲ ਰਹੀ ਹੈ, ਆਪਾਂ ਇੱਥੇ ਨੂੰ ਕਨੈਕਟ ਕਰਾਂਗੇ, ਤੁਸੀਂ ਦੇਖ ਸਕਦੇ ਹੋ। ਆਪਾਂ ਮੇਨ ਸਪਲਾਈ ਦੀਆਂ ਤਾਰਾਂ ਇੱਥੇ ਲਾ ਦਿੱਤੀਆਂ ਸੋਲਡਰਿੰਗ, ਇਸ ਨੂੰ ਇੱਕ ਵਾਰ ਚਲਾ ਕੇ ਦਿਖਾ ਦਿੰਦੇ ਹਾਂ। ਆਹ ਤੁਸੀਂ ਦੇਖ ਸਕਦੇ ਹੋ ਆਪਣੇ ਰਿਲੇਅ ਆ, ਅਤੇ ਜਿਹੜੀ ਆਹ ਤਾਰ ਆ ਤਾਂ ਆਪਣੀ ਬੇਸ ਆ ਇਹਦੇ ਲਈ ਆ, ਜਿਹੜੀ ਬੇਸ 'ਤੇ ਲਾਈਟ ਜਗਣੀ ਆ ਉਹ ਆ। ਇਹ ਆਪਾਂ ਇੱਕ ਤਾਰ ਉੱਧਰ ਵੀ ਸਪੀਕਰ ਨਹੀਂ ਆਉਂਦੀ ਆ ਬਲਿਊ ਵਾਲੀ, ਅਤੇ ਇੱਕ ਇਹਦੀ ਆ, ਅਤੇ ਇੱਕ ਆਪਾਂ ਟਵੀਟਰ 'ਚ ਲਾਵਾਂਗੇ ਲਾਈਟ ਇਹਦੇ ਵਿੱਚ, ਅਤੇ ਇਹ 'ਚ ਵੀ ਆਪਾਂ ਕੋਈ ਵੀ ਰੰਗ ਦੀ ਲਾ ਸਕਦੇ ਹਾਂ। ਅਤੇ ਤੁਹਾਨੂੰ ਜਦੋਂ ਬੇਸ ਵੱਜਦੀ ਹੈ ਰਿਲੇਅ ਚੱਲਦੀ ਹੈ ਉਦੋਂ ਇਹ ਆਵਾਜ਼ ਕਰਦੀ ਹੈ ਰਿਲੇਅ ਜੀ ਟੱਕ ਟੱਕ ਦੀ, ਜੋ ਸਵਿੱਚ ਕਨੈਕਟ ਹੁੰਦੀ ਆ ਉਹ ਨਾਲ ਨਾ ਤੁਹਾਨੂੰ ਸੁਣਾ ਦਿੰਦੇ। ਕਰਨ ਲਈ ਉਹਦੇ ਉੱਤੇ ਐੱਮ ਸੀ ਲਾਵਾਂਗੇ ਸਾਰੇ ਦੇ ਉੱਤੇ, ਅਤੇ ਜਿਹਨਾਂ ਉਹਦੀ ਆਵਾਜ਼ ਬਾਹਰ ਨਾ ਆਵੇ, ਇਹਨਾਂ ਉਹਦੀਆਂ ਤਾਰਾਂ ਵੀ ਟੁੱਟਣਗੀਆਂ ਨਹੀਂ ਟਾਂਕੇ।
एमसी लग जाएगा तो आप वायरिंग कर ली सारी तो थानू एक बार खोल के दिखा दें स्पीकर उधर देख सकते एक बार टेस्ट करके दिखा दी।